ਮੋਹਾਲੀ ਦੇ ਵਿੱਚ ਇੱਕ ਵਾਰ ਫਿਰ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਹਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਲਗਾਤਾਰ ਇਹਦੇ ਵਿੱਚ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ, ਲੇਕਿਨ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਆਈਆਂ ਕਿ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਸੀਗੀ ਸਕਾਰਪੀਓ, ਜਿਸ ਕਰਕੇ ਪੂਰਾ ਹਾਦਸਾ ਹੋਇਆ ਔਰ ਅਨਫੋਰਚੁਨੇਟ ਇਹਦੇ ਵਿੱਚ ਦੋ ਮੌਤਾਂ ਹੋਈਆਂ। ਸਾਡੇ ਨਾਲ ਸੀਨੀਅਰ ਆਫਿਸਰ ਮੌਜੂਦ ਨੇ। ਸਰ, ਇੱਕ ਵਾਰ ਫਿਰ ਤੇਜ਼ ਰਫ਼ਤਾਰ ਦਾ ਕਹਿਰ, ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀ ਲਗਾਤਾਰ ਤੁਸੀਂ ਬਾਰ ਬਾਰ ਅਵੇਅਰ ਵੀ ਕਰਦੇ ਹੋ, ਇਹ ਜਿਹੜਾ ਮਾਮਲਾ ਹੈ ਇਹ ਕਿੱਥੇ ਦਾ ਮਾਮਲਾ ਹੈ ਤੇ ਕਿੰਨੇ ਕੁ ਵਜੇ ਦਾ ਮਾਮਲਾ? ਬੇਸਿਕਲੀ ਇਹ ਕੱਲ 18 ਤਰੀਕ ਦੇ ਵਿੱਚ ਸਵੇਰੇ ਅਰਲੀ ਮਾਰਨਿੰਗ 2:30 ਵਜੇ ਦਾ ਮਾਮਲਾ ਹੈ, ਜਿਹਦੇ 'ਚ 78-89 ਦੀਆਂ ਲਾਈਟਾਂ 'ਤੇ ਐਕਸੀਡੈਂਟ ਹੋਇਆ, ਜਿਹਦੇ 'ਚ ਸਕਾਰਪੀਓ ਜਿਹੜੀ ਸੀ ਉਹ ਕੀ ਕਹਿੰਦੇ ਉੱਧਰੋਂ 78-89 ਵੱਲੋਂ ਆ ਰਹੀ ਸੀ ਅਤੇ ਮੇਨ ਏਅਰਪੋਰਟ ਚੌਂਕ ਦੇ ਵਿੱਚ ਗੁਜਰਾਤ ਨੰਬਰ ਗੱਡੀ ਜਿਹੜੀ ਜਾ ਰਹੀ ਸੀ, ਇਨੋਵਾ ਜਾ ਰਹੀ ਸੀ, ਉਹਦੇ ਵਿੱਚ ਸਾਈਡ ਤੋਂ ਵੱਜਣ ਨਾਲ ਦੋਵੇਂ ਗੱਡੀਆਂ ਬਹੁਤ ਬੁਰੀ ਤਰ੍ਹਾਂ ਪਲਟ ਗਈਆਂ, ਜਿਹਦੇ ਵਿੱਚ ਜਿਹੜੀ ਇਨੋਵਾ ਦਾ ਜਿਹੜਾ ਡਰਾਈਵ ਕਰ ਰਿਹਾ ਸੀ ਉਹਦੀ ਵੀ ਡੈਥ ਹੋ ਗਈ। ਅਤੇ ਇੱਥੇ ਤੱਕ ਇੰਨੀ ਫਾਸਟ ਗੱਡੀ ਵੱਜੀ ਹੈ ਸਕਾਰਪੀਓ ਵੀ, ਜਿਹਦੇ ਵਿੱਚ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠੇ ਬੰਦੇ ਦੀ ਵੀ ਡੈਥ ਹੋ ਗਈ। ਠੀਕ ਹੈ, ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ, ਤੇਜ਼ ਰਫ਼ਤਾਰੀ ਦੇ ਕਿਸੇ ਗਲਤੀ ਸਾਹਮਣੇ? ਇਹਦੇ ਵਿੱਚ ਸਕਾਰਪੀਓ ਦੀ ਹੀ ਗਲਤੀ ਬਣਦੀ ਹੈ, ਪਰ ਫਿਰ ਵੀ ਮੈਂ ਆਪਦੇ ਮਾਧਿਅਮ ਰਾਹੀਂ ਇਹ ਵੀ ਗੱਲ ਲੋਕਾਂ ਨੂੰ ਵਾਰ ਵਾਰ ਅਸੀਂ ਅਵੇਅਰ ਵੀ ਕਰਦੇ ਹਾਂ ਪੰਜਾਬ ਪੁਲਿਸ ਵੱਲੋਂ ਵੀ ਇੱਕ ਗੱਲ, ਜਦੋਂ ਰਾਤ ਨੂੰ ਸਾਰਿਆਂ ਤੋਂ ਪ੍ਰਿਕੋਸ਼ਨਰੀ ਮੈਜਰ ਇਹ ਹੁੰਦਾ ਵੀ ਲਾਈਟਾਂ ਨਹੀਂ ਹੁੰਦੀਆਂ, ਲਾਈਟਾਂ ਬਲਿੰਕ ਕਰਦੀਆਂ ਅਤੇ ਖਾਲੀ ਰੋਡ ਵੇਖ ਕੇ ਲੋਕ ਬਹੁਤ ਬੁਰੀ ਤਰ੍ਹਾਂ ਭਜਾਉਂਦੇ ਆ, ਜਿਹੜਾ ਕਿ ਬਹੁਤ ਸਭ ਤੋਂ ਵੱਡੀ ਟ੍ਰੈਜਡੀਜ਼ ਉਹਦੇ ਵਿੱਚ ਹੀ ਹੁੰਦੀਆਂ ਹਨ। ਬਿਲਕੁਲ। ਸਰ, ਹੁਣ ਤੱਕ ਇਸ ਪੂਰੇ ਮਾਮਲੇ 'ਚ ਕੋਈ FIR ਦਰਜ ਕੀਤੀ ਗਈ? ਹਾਂਜੀ, 68 ਕੀ ਕਹਿੰਦੇ ਮੁਕੱਦਮਾ ਦਰਜ ਹੈ, ਡੇਟਡ 18/2/24 ਅੰਡਰ ਸੈਕਸ਼ਨ 279-304 ਏ ਅਤੇ PS ਸੁਹਾਣਾ, ਇਹਦੇ ASI ਓਮ ਪ੍ਰਕਾਸ਼ IU ਹੈ, ਦੋਵੇਂ ਜਿਨ੍ਹਾਂ ਦੀ ਕੱਲ੍ਹ ਡੈਥ ਹੋ ਗਈ ਸੀ ਉਹਨਾਂ ਦਾ ਪੋਸਟਮਾਰਟਮ ਕਰਾ ਕੇ 6 ਫੇਸ ਤੋਂ ਬੋਡੀਆਂ ਵਾਰਸਾਂ ਦੇ ਹਵਾਲੇ ਕਰਦੇ ਪਏ। ਅਤੇ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਲਗਾਤਾਰ ਅਵੇਅਰ ਕੀਤਾ ਜਾਂਦਾ, ਲੇਕਿਨ ਰਾਤ ਦਾ ਸਮਾਂ ਜਿਹੜਾ ਹੁੰਦਾ ਕਾਫੀ ਬਿਲਕੁਲ ਸੜਕਾਂ ਖਾਲੀ ਹੁੰਦੀਆਂ ਤੇ ਲੋਕਾਂ ਨੂੰ ਲੱਗਦਾ ਕਿ ਤੇਜ਼ ਰਫ਼ਤਾਰ ਤੇ ਗੱਡੀ ਚਲਾਈਏ, ਲੇਕਿਨ ਇਹਦਾ ਜਿਹੜਾ ਨੁਕਸਾਨ ਹੈ ਤੁਸੀਂ ਖੁਦ ਵੀ ਜਿਹੜੀ ਹੈ ਉਹ ਨੁਕਸਾਨ ਕਰ ਰਹੇ ਹੋ, ਆਪਣਾ ਵੀ ਤੇ ਦੂਜਿਆਂ ਦਾ ਵੀ ਤੁਸੀਂ ਨੁਕਸਾਨ ਕਰ ਰਹੇ ਹੋ, ਔਰ ਇਹ ਕਹਿ ਸਕਦੇ ਕਿ ਪਿਛਲੇ 10 ਦਿਨਾਂ ਦੇ ਅੰਦਰ ਇਹ ਦੂਜਾ ਵੱਡਾ ਹਾਦਸਾ, ਇਸ ਤੋਂ ਪਹਿਲਾਂ ਵੀ ਜਿਹੜਾ ਸੋਹਾਣਾ ਏਰੀਆ ਦੇ ਅੰਦਰ ਮੌਤਾਂ ਹੋਈ ਸੀ ਉਹਦੇ ਵਿੱਚ ਜਿਹੜੀ ਹੈਗੀ ਇੱਕ ਕੁੜੀ ਤੇ ਇੱਕ ਮੁੰਡੇ ਦੀ ਮੌਤ ਹੋਈ ਸੀ ਤੇ ਕੱਲ ਵੀ ਅਨਫੋਰਚੁਨੇਟ ਮੌਤ ਹੋਈ ਹੈ, ਹਾਲਾਂਕਿ ਇਹਦੇ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ, ਸਕਾਰਪੀਓ ਜਿਹੜਾ ਡਰਾਈਵ ਕਰ ਰਿਹਾ ਸੀ ਉਹਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ, ਤੇ ਇਹੀ ਅਪੀਲ ਲੋਕਾਂ ਨੂੰ ਵੀ ਅਵੇਅਰ ਕੀਤਾ ਜਾਂਦਾ ਕਿ ਤੇਜ਼ ਰਫ਼ਤਾਰੀ ਤੁਸੀਂ ਨਾ ਕਰੋ। ਮੋਹਾਲੀ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਮੋਹਾਲੀ ਦੇ ਵਿੱਚ ਇੱਕ ਵਾਰ ਫਿਰ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਹਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਲਗਾਤਾਰ ਇਹਦੇ ਵਿੱਚ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ, ਲੇਕਿਨ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਆਈਆਂ ਕਿ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਸੀਗੀ ਸਕਾਰਪੀਓ, ਜਿਸ ਕਰਕੇ ਪੂਰਾ ਹਾਦਸਾ ਹੋਇਆ ਔਰ ਅਨਫੋਰਚੁਨੇਟ ਇਹਦੇ ਵਿੱਚ ਦੋ ਮੌਤਾਂ ਹੋਈਆਂ। ਸਾਡੇ ਨਾਲ ਸੀਨੀਅਰ ਆਫਿਸਰ ਮੌਜੂਦ ਨੇ। ਸਰ, ਇੱਕ ਵਾਰ ਫਿਰ ਤੇਜ਼ ਰਫ਼ਤਾਰ ਦਾ ਕਹਿਰ, ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀ ਲਗਾਤਾਰ ਤੁਸੀਂ ਬਾਰ ਬਾਰ ਅਵੇਅਰ ਵੀ ਕਰਦੇ ਹੋ, ਇਹ ਜਿਹੜਾ ਮਾਮਲਾ ਹੈ ਇਹ ਕਿੱਥੇ ਦਾ ਮਾਮਲਾ ਹੈ ਤੇ ਕਿੰਨੇ ਕੁ ਵਜੇ ਦਾ ਮਾਮਲਾ? ਬੇਸਿਕਲੀ ਇਹ ਕੱਲ 18 ਤਰੀਕ ਦੇ ਵਿੱਚ ਸਵੇਰੇ ਅਰਲੀ ਮਾਰਨਿੰਗ 2:30 ਵਜੇ ਦਾ ਮਾਮਲਾ ਹੈ, ਜਿਹਦੇ 'ਚ 78-89 ਦੀਆਂ ਲਾਈਟਾਂ 'ਤੇ ਐਕਸੀਡੈਂਟ ਹੋਇਆ, ਜਿਹਦੇ 'ਚ ਸਕਾਰਪੀਓ ਜਿਹੜੀ ਸੀ ਉਹ ਕੀ ਕਹਿੰਦੇ ਉੱਧਰੋਂ 78-89 ਵੱਲੋਂ ਆ ਰਹੀ ਸੀ ਅਤੇ ਮੇਨ ਏਅਰਪੋਰਟ ਚੌਂਕ ਦੇ ਵਿੱਚ ਗੁਜਰਾਤ ਨੰਬਰ ਗੱਡੀ ਜਿਹੜੀ ਜਾ ਰਹੀ ਸੀ ਇਨੋਵਾ ਜਾ ਰਹੀ ਸੀ, ਉਹਦੇ ਵਿੱਚ ਸਾਈਡ ਤੋਂ ਵੱਜਣ ਨਾਲ ਦੋਵੇਂ ਗੱਡੀਆਂ ਬਹੁਤ ਬੁਰੀ ਤਰ੍ਹਾਂ ਪਲਟ ਗਈਆਂ, ਜਿਹਦੇ ਵਿੱਚ
ਜਿਹੜੀ ਇਨੋਵਾ ਦਾ ਜਿਹੜਾ ਡਰਾਈਵ ਕਰ ਰਿਹਾ ਸੀ ਉਹਦੀ ਵੀ ਡੈਥ ਹੋ ਗਈ ਅਤੇ ਇੱਥੇ ਤੱਕ ਇੰਨੀ ਫਾਸਟ ਗੱਡੀ ਵੱਜੀ ਹੈ ਸਕੋਰਪੀਓ ਵੀ ਜਿਹਦੇ ਵਿੱਚ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠੇ ਬੰਦੇ ਦੀ ਵੀ ਡੈਥ ਹੋ ਗਈ। ਠੀਕ ਹੈ, ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ? ਤੇਜ਼ ਰਫਤਾਰੀ ਦੇ ਕਿਸੇ ਗਲਤੀ ਸਾਹਮਣੇ ਇਹਦੇ ਵਿੱਚ ਸਕੋਰਪੀਓ ਦੀ ਹੀ ਗਲਤੀ ਬਣਦੀ ਹੈ, ਪਰ ਫਿਰ ਵੀ ਮੈਂ ਆਪਦੇ ਮਾਧਿਅਮ ਰਾਹੀਂ ਇਹ ਵੀ ਗੱਲ ਲੋਕਾਂ ਨੂੰ ਵਾਰ ਵਾਰ ਅਸੀਂ ਅਵੇਅਰ ਵੀ ਕਰਦੇ ਹਾਂ ਪੰਜਾਬ ਪੁਲਿਸ ਵੱਲੋਂ ਵੀ ਇੱਕ ਗੱਲ, ਜਦੋਂ ਰਾਤ ਨੂੰ ਸਾਰਿਆਂ ਤੋਂ ਪ੍ਰਕੋਸ਼ਨਰੀ ਮੈਜਰ ਇਹ ਹੁੰਦਾ ਵੀ ਲਾਈਟਾਂ ਨਹੀਂ ਹੁੰਦੀਆਂ, ਲਾਈਟਾਂ ਬਲਿੰਕ ਕਰਦੀਆਂ ਤੇ ਖਾਲੀ ਰੋਡ ਵੇਖ ਕੇ ਲੋਕ ਬਹੁਤ ਬੁਰੀ ਤਰ੍ਹਾਂ ਭਜਾਉਂਦੇ ਆ, ਜਿਹੜਾ ਕਿ ਬਹੁਤ ਸਭ ਤੋਂ ਵੱਡੀ ਟ੍ਰੈਜਡੀਜ਼ ਉਹਦੇ ਵਿੱਚ ਹੀ ਹੁੰਦੀਆਂ। ਬਿਲਕੁਲ ਸਰ, ਹੁਣ ਤੱਕ ਇਸ ਪੂਰੇ ਮਾਮਲੇ 'ਚ ਕੋਈ FIR ਦਰਜ ਕੀਤੀ ਗਈ? ਹਾਂਜੀ, 68 ਨੰਬਰ ਕੀ ਕਹਿੰਦੇ ਮੁਕੱਦਮਾ ਦਰਜ ਹੈ, ਡੇਟਡ 18/2/24 ਅੰਡਰ ਸੈਕਸ਼ਨ 279-304 ਏ ਤੇ PS ਸੁਹਾਣਾ, ਇਹਦੇ ASI ਓਮ ਪ੍ਰਕਾਸ਼ ਆਈ ਹੋਏ ਦੋਵੇਂ ਜਿਹਨਾਂ ਦੀ ਕੱਲ੍ਹ ਡੈਥ ਹੋ ਗਈ ਸੀ ਉਹਨਾਂ ਦਾ ਪੋਸਟਮਾਰਟਮ ਕਰਾ ਕੇ 6 ਵਜੇ ਤੋਂ ਬੋਡੀਆਂ ਵਾਰਸਾਂ ਦੇ ਹਵਾਲੇ ਕਰ ਦਿੱਤੇ। ਤੇ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਲਗਾਤਾਰ ਅਵੇਅਰ ਕੀਤਾ ਜਾਂਦਾ, ਲੇਕਿਨ ਰਾਤ ਦਾ ਸਮਾਂ ਜਿਹੜਾ ਹੁੰਦਾ ਕਾਫੀ ਬਿਲਕੁਲ ਸੜਕਾਂ ਖਾਲੀ ਹੁੰਦੀਆਂ ਤੇ ਲੋਕਾਂ ਨੂੰ ਲੱਗਦਾ ਕਿ ਤੇਜ਼ ਰਫਤਾਰ ਤੇ ਗੱਡੀ ਚਲਾਈਏ, ਲੇਕਿਨ ਇਹਦਾ ਜਿਹੜਾ ਨੁਕਸਾਨ ਹੈ ਤੁਸੀਂ ਖੁਦ ਵੀ ਜਿਹੜੀ ਹੈ ਉਹ ਨੁਕਸਾਨ ਕਰ ਰਹੇ ਹੋ ਆਪਣਾ ਵੀ ਤੇ ਦੂਜਿਆਂ ਦਾ ਵੀ ਤੁਸੀਂ ਨੁਕਸਾਨ ਕਰ ਰਹੇ ਹੋ, ਔਰ ਇਹ ਕਹਿ ਸਕਦੇ ਕਿ ਪਿਛਲੇ 10 ਦਿਨਾਂ ਦੇ ਅੰਦਰ ਇਹ ਦੂਜਾ ਵੱਡਾ ਹਾਦਸਾ, ਇਸ ਤੋਂ ਪਹਿਲਾਂ ਵੀ ਜਿਹੜਾ ਸੋਹਾਣਾ ਏਰੀਆ ਦੇ ਅੰਦਰ ਮੌਤਾਂ ਹੋਈ ਸੀ ਉਹਦੇ ਵਿੱਚ ਜਿਹੜੀ ਹੈਗੀ ਇੱਕ ਕੁੜੀ ਤੇ ਇੱਕ ਮੁੰਡੇ ਦੀ ਮੌਤ ਹੋਈ ਸੀ ਤੇ ਕੱਲ ਵੀ ਅਨਫੋਰਚੁਨੇਟ ਮੌਤ ਹੋਈ ਹੈ, ਹਾਲਾਂਕਿ ਇਹਦੇ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ, ਸਕਾਰਪੀਓ ਜਿਹੜਾ ਡਰਾਈਵ ਕਰ ਰਿਹਾ ਸੀ ਉਹਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ, ਤੇ ਇਹੀ ਅਪੀਲ ਲੋਕਾਂ ਨੂੰ ਵੀ ਅਵੇਅਰ ਕੀਤਾ ਜਾਂਦਾ ਕਿ ਤੇਜ਼ ਰਫਤਾਰੀ ਤੁਸੀਂ ਨਾ ਕਰੋ। ਮੋਹਾਲੀ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।